ना तू हुण दसण आई है मैनू भी मेरा रिश्ता हो गया। मैनू घरों निकलन दवे फिर ही पता किन्नियां पाबंदियां लगियां मेरे ते, हुण भी लुक लुक के आई हां मैं कित्थों तैनूं पहला दस देंदी। ते तू रोक तां सकदी सी तेरे घरदिआं नूं, ते थोनूं लगदा मैं रोकिआ ही नहीं होणा? मैनूं लगदा जिहड़े हिसाब नाल तेरा रिश्ता होया भी तूं रोकिआ होऊगा। तुसीं इदां सोच भी किवें सकदे हो कि मैं कहा ही नहीं होणा घरे? अच्छा जे मैं नहीं कहा होंदा तां मैं थोनूं हुण भी क्यों दसण आउंदी भी मेरा रिश्ता हो गिआ? पहला तूं ऐ दस तेरा रिश्ता हो किवें गिआ? इह रिश्ता जबरदस्ती होया है, मेरे घरदिआं ने कीता इह रिश्ता मेरा। कोई घरदिआं ने नहीं कीता, तेरी सहमति लगदी आ मैनूं तां। मेरी कोई सहमति नहीं हैगी कि इस रिश्ते दे विच, रिश्तेदारी चों ही रिश्ता आ गिआ, घरदे मन गए। ते फिर तूं मैनूं तां दस सकदी सी। अज थोनूं दसण ही आई आ इत्थे मैं। ओह सेती आ गई फिर दसण? जदों टाइम लगना सी उदों ही आउणा सी मैं। ते फिर मैं उही मर मर जाई इन्ना डिक्की ना तैनूं। तूं मैनूं दस हुण मैं किहड़े खूह कत्ते जावां? ਇੱਥੇ ਯਾਰ ਮੇਰੀ ਕੀ ਗਲਤੀ ਆ, ਮੈਂ ਕੀ ਕਰ ਸਕਦੀ? ਤੁਸੀਂ ਸਾਰਾ ਬਲੇਮ ਮੇਰੇ ਤੇ ਲਾਈ ਜਾਂਦੇ ਹੋ। ਤੇ ਫਿਰ ਹੋਰ ਮੇਰੀ ਗਲਤੀ ਆ, ਕੀ ਤੇ ਲਾਵਾਂ ਬਲੇਮ ਦੱਸ ਮੈਨੂੰ? ਚੁੱਪ ਚਪੀਤੇ ਰਿਸ਼ਤਾ ਕਰਾ ਲਿਆ। ਕਿੱਥੋਂ ਕਰਾ ਲਿਆ ਚੁੱਪ ਚਪੀਤੇ ਰਿਸ਼ਤਾ? ਤੇ ਹੋਰ ਕੀ ਹੋ ਗਿਆ ਫਿਰ? ਤੁਸੀਂ ਤਾਂ ਐ ਕਹਿੰਦੇ ਹੋ ਵੀ ਜਿਵੇਂ ਮੈਨੂੰ ਹੀ ਚਾਹ ਇਸ ਰਿਸ਼ਤੇ ਦਾ। ਕਿਰਨ ਦੇਖ, ਤੂੰ ਮੈਨੂੰ ਪਿਆਰ ਕਰਦੀ ਸੀ ਤੇ ਤੂੰ ਦੱਸ ਸਕਦੀ ਨਾ ਤੇਰੇ ਘਰਦਿਆਂ ਨੂੰ ਮੈਂ ਰਿਸ਼ਤਾ ਉਹਦੇ ਨਾਲ ਕਰਾਉਂ ਮੁੰਡੇ ਨਾਲ। ਕਿਹਾ ਸੀ ਮੈਂ ਤੁਹਾਡੀ ਗੱਲ ਕੀਤੀ ਸੀ ਘਰੇ, ਮੇਰਾ ਬਾਪੂ ਨਹੀਂ ਮੰਨਦਾ ਆਪਣੇ ਰਿਸ਼ਤੇ ਲਈ। ਫਿਰ ਤੂੰ ਨਾ ਕਰ ਸਕਦੀ ਸੀ ਰਿਸ਼ਤੇ ਨੂੰ ਯਾਰ? ਮਜਬੂਰੀ ਸੀ ਮੇਰੀ ਇਸ ਰਿਸ਼ਤੇ ਲਈ ਹਾਂ ਕਰਨੀ। ਮੇਰਾ ਬਾਪੂ ਕਹਿੰਦਾ ਜੇ ਤੂੰ ਨਾ ਕੀਤੇ ਇਸ ਰਿਸ਼ਤੇ ਲਈ ਤਾਂ ਫਿਰ ਮੈਂ ਕੁਛ ਖਾ ਕੇ ਮਰ ਜਾਊਂਗਾ। ਨਹੀਂ ਮੰਨਦੇ ਹੋ ਆਪਣੀ ਲਵ ਮੈਰਿਜ ਲਈ? ਤੇ ਫਿਰ ਮੈਂ ਕਿੱਧਰ ਜਾਵਾਂ? ਮੈਂ ਮਰ ਜਾਣਾ ਫਿਰ? ਹਜੇ ਰਿਸ਼ਤਾ ਹੀ ਹੋਇਆ, ਵਿਆਹ ਤਾਂ ਨਹੀਂ ਹੋਇਆ। ਅਖੇ ਰਿਸ਼ਤਾ ਹੀ ਹੋਇਆ, ਮੇਰਾ ਵਿਆਹ ਤਾਂ ਨਹੀਂ ਹੋਇਆ? ਉਹ ਜਦੋਂ ਰਿਸ਼ਤਾ ਹੀ ਹੋ ਗਿਆ ਵਿਆਹ ਵੀ ਤਾਂ ਹੋਊ। ਵਿਆਹ ਤਾਂ ਨਹੀਂ ਹੁੰਦਾ ਕਿਉਂਕਿ ਉਹ ਮੁੰਡਾ ਮੈਨੂੰ ਜਮਾਂ ਵੀ ਪਸੰਦ ਨਹੀਂ ਗਾ, ਤੇ ਵਿਆਹ 'ਚ ਹਜੇ ਟਾਈਮ ਪਿਆ, ਮੁੱਕਰ ਜੂੰਗੀ ਮੈਂ। ਤੇ ਉਹ ਰਿਸ਼ਤੇ ਨੂੰ ਮੁੱਕਰ ਜਾਂਦੀ ਜਦੋਂ ਤੁਹਾਡੇ ਘਰੇ ਆਏ ਸੀ? ਰਿਸ਼ਤੇ ਨੂੰ ਮੈਂ ਨਹੀਂ ਮੁੱਕਰ ਸਕਦੀ ਕਿਉਂਕਿ ਮੈਨੂੰ ਘਰਦਿਆਂ ਬਾਰੇ ਵੀ ਸੋਚਣਾ ਸੀਗਾ, ਪਰ ਵਿਆਹ 'ਚ ਤਾਂ ਹਜੇ ਟਾਈਮ ਪਿਆ ਨਾ, ਉਦੋਂ ਨੂੰ ਤਾਂ ਕੋਈ ਨਾ ਕੋਈ ਹੋਰ ਵੀ ਹੱਲ ਕੱਢ ਸਕਦੇ, ਕਿਸੇ ਪਾਸੇ ਨੂੰ ਵੀ ਗੱਲ ਲੈ ਜਾਂਗੇ ਆਪਾਂ। ਇੰਨੀ ਛੇਤੀ ਮੈਂ ਰਿਸ਼ਤੇ ਨੂੰ 2 ਕੁ ਦਿਨਾਂ 'ਚ ਨਾ ਕਿਵੇਂ ਕਰ ਦਿੰਦੀ? ਇਹ ਤਾਂ ਦਿਲ ਤੋੜਨ ਵਾਲੀ ਗੱਲ ਹੋ ਗਈ ਯਾਰ ਜਮੀ। ਵਿਆਹ ਤੇਰਾ ਹੋ ਰਿਹਾ, ਮਰਨ ਮੇਰਾ ਹੋਇਆ ਪਿਆ। ਮੈਂ ਤਾਂ ਤੁਹਾਨੂੰ ਦੱਸ ਕੇ ਹੀ ਪਛਤਾਈ ਜਾਂਦੀ ਹਾਂ, ਮੈਨੂੰ ਦੱਸਣ ਹੀ ਨਹੀਂ ਆਉਣਾ ਚਾਹੀਦਾ ਸੀ ਤੁਹਾਨੂੰ। ਦੱਸਣ ਦੀ ਲੋੜ ਵੀ ਕੀ ਸੀ, ਵਿਆਹ ਦਾ ਕਾਰਡ ਲੈ ਕੇ ਆ ਜਾਂਦੀ। ਤੁਸੀਂ ਆ ਗੱਲਾਂ ਛੱਡਣੀਆਂ ਤੇ ਜਾਵਾਂ ਫਿਰ ਮੈਂ? ਉਹ ਜਾ ਵਗ ਜਾ, ਊਂ ਵੀ ਤਾਂ ਇੱਕ ਦਿਨ ਜਾਣਾ ਹੀ ਆ। ਨਾ ਹੁਣ ਤੂੰ ਮੈਨੂੰ ਐ ਛੱਡ ਕੇ ਜਾਏਂਗੀ? ਛੱਡਣ ਛਡਾਉਣ ਦੀਆਂ ਗੱਲਾਂ ਤੁਸੀਂ ਆਪ ਕਰਦੇ ਹੋ। ਤੁਸੀਂ ਇੱਥੇ, ਇਹ ਮੁੰਡਾ ਕੌਣ ਹੈ? ਇਹ ਕੌਣ ਹੈ ਕਰਨ? ਇਹ ਉਹੀ ਨੇ ਜਿਨ੍ਹਾਂ ਨਾਲ ਮੇਰਾ ਰਿਸ਼ਤਾ ਹੋਇਆ ਹੈ। ਅੱਛਾ, ਤੂੰ ਆ ਬਈ ਇਹਦੇ ਨਾਲ ਰਿਸ਼ਤਾ ਹੋਇਆ ਇਹਦਾ? ਇਹ ਮੁੰਡਾ ਕੌਣ? ਇਹ ਮੁੰਡਾ ਮੇਰਾ BF ਹੈ। BF? ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕਿਉਂਕਿ ਇਸ ਰਿਸ਼ਤੇ 'ਚ ਮੇਰੀ ਕੋਈ ਰਜ਼ਾਮੰਦੀ ਨਹੀਂ ਸੀ, ਇਹ ਆਪਣੇ ਘਰਦਿਆਂ ਦੀ ਰਜ਼ਾਮੰਦੀ ਨਾਲ ਰਿਸ਼ਤਾ ਹੋਇਆ। ਮੈਂ ਤੁਹਾਨੂੰ ਪਸੰਦ ਨਹੀਂ ਕਰਦੀ, ਤੁਸੀਂ ਘਰੇ ਜਾ ਕੇ ਕੋਈ ਬਹਾਨਾ ਲਾ ਕੇ ਨਾ ਕਰ ਦਿਓ ਰਿਸ਼ਤੇ ਨੂੰ। ਮੈਂ ਰਿਸ਼ਤੇ ਨੂੰ ਨਾ ਕਿਵੇਂ ਕਰ ਸਕਦਾ? ਮੇਰੇ ਘਰਦਿਆਂ ਹੀ ਬਦਨਾਮੀ ਹੋਊਗੀ। ਇਹ ਸਭ ਮੈਂ ਨਹੀਂ ਜਾਣਦੀ, ਪਰ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਵਿਆਹ ਤਾਂ ਤੈਨੂੰ ਮੇਰੇ ਨਾਲ ਹੀ ਕਰਾਉਣਾ ਪੈਣਾ। ਜੀ ਨਹੀਂ, ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਂਗੀ, ਮੈਂ ਵਿਆਹ ਇੰਨਾ ਨਾ ਕਰਾਉਂਗੀ, ਸਗੋਂ ਤੁਸੀਂ ਰਿਸ਼ਤੇ ਨੂੰ ਮਨਾ ਕਰ ਦਿਓ। ਯਾਰ ਇਹਨਾਂ ਨਾਲ ਕਿਵੇਂ ਹੋ ਜਾਊਗਾ? ਦੇਖ ਬਾਈ, ਇਹਦੇ ਵਿੱਚ ਆਪਣੇ ਤਿੰਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ, ਰਿਸ਼ਤਾ ਤੇਰਾ ਹੋਰ ਕਿਤੇ ਵੀ ਹੋ ਜੂ, ਤੈਨੂੰ ਤਾਂ ਹੋਰ ਕੁੜੀ ਵੀ ਮਿਲ ਜੂ ਕੋਈ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਯਾਰ। ਐਂ ਕਿਵੇਂ ਰਿਸ਼ਤਾ ਕਰਾ ਲਿਆ ਯਾਰ? ਸਾਡੇ ਵੀ ਘਰਦਿਆਂ ਦੀ ਕੋਈ ਇੱਜ਼ਤ ਹੈ, ਅਸੀਂ ਉਵੇਂ ਤੁਰੇ ਫਿਰਦੇ ਹਾਂ। ਕੁਝ ਮਰਜ਼ੀ ਹੋ ਜੇ, ਇਹਦਾ ਵਿਆਹ ਤਾਂ ਮੇਰੇ ਨਾਲ ਹੀ ਹੋਣਾ। ਇਹ ਕੀ ਜ਼ਬਰਦਸਤੀ ਆ ਬਈ? ਉਹ ਜ਼ਬਰਦਸਤੀ ਹਾਲੇ ਕੀਤੀ ਨਹੀਂ, ਤੇਰਾ ਐਸੇ ਜੀ ਭਲਾ, ਤੂੰ ਇਹਦਾ ਸਾਥ ਛੱਡ ਦੇ। ਦੇਖ ਬਾਈ, ਸਾਥ ਤਾਂ ਮੈਂ ਛੱਡਦਾ ਨਹੀਂ ਇਹਦਾ। ਹਾਂ, ਇਹ 'ਚ ਫਾਇਦਾ ਤੇਰਾ ਹੀ ਹੈ, ਤੂੰ ਰਿਸ਼ਤੇ ਨੂੰ ਨਾ ਕਰਦੀ। ਜਿੰਨੇ ਮਰਜ਼ੀ ਪਾਪੜ ਵੇਖ ਲਾ, ਵਿਆਹ ਤਾਂ ਮੇਰੇ ਨਾਲ ਹੀ ਹੋ ਕੇ ਰਹੂ।
हाँ दस क्यों बुलाया आज मैंने इतने तेन मैं कुछ दिखाना चाहना की दिखाना है जिदे पिछे तू रिश्ता तोड़न फिर ना ओदे की करतूता करता फिर क्यों उन्हें की करता तेन धोखा तो दे रहा देख नहीं दीप नहीं ऐसा कर सकता एक कोई होर ही होगा वो तेरा दीप ही है तू ध्यान नाल देख मैं फोटो आप खिंचियां क्यों इहदे पिछे जिंदगी खराब करदी फिरदी है दीप ने मैनू धोखा दिता ते ओदे पिछे मैं घर दे अगेंस्ट गई थोड़े नाल रिश्ता तोड़न तक गई ओ मैं एवें किवें कर सकता तू यार उवीं अन्नी होई फिरदी है अपने घर दे ने सोच समझ के रिश्ता कीता सी मेरे तो अखां ते पट्टी बन्नी गई सी जड़ा मैं इहदे ते अन्ना विश्वास कर बैठी मेनू नहीं पता सी एवें दा निकलूगा हुण सोच ला घरदिआं दी इज्जत रखणी आ कि उह मुंडे नूं रखणा सोच समझ के फैसला ले इक वार घरदिआं बारे जरूर सोची बस मैं सोच लिया हुण मैं की करना शुकर है यार वड्डी मीटिंग आउंदी सी जिहड़ी अज कम आ गई ਕਿਵੇਂ ਰੁੱਸੀ ਖੜੀ ਆ ਮੂੰਹ ਜਿਹਾ ਫਲਾ ਰੱਖਿਆ ਕੋਈ ਗੱਲ ਤਾਂ ਹੋਊ ਕਿਹੜੀ ਗੱਲ ਦਾ ਗੁੱਸਾ ਅੱਛਾ ਹਜੇ ਮੈਂ ਗੁੱਸਾ ਵੀ ਨਾ ਹੋਵਾਂ ਕੋਈ ਦੱਸੇਂਗੀ ਵੀ ਗੱਲਾਂ ਤਾਂ ਬਹੁਤ ਨੇ ਕਿਹੜੀਆਂ ਗੱਲਾਂ ਉਹੀ ਗੱਲਾਂ ਜਿਹੜੀਆਂ ਤੁਸੀਂ ਅੱਜ ਤੱਕ ਮੇਰੇ ਤੋਂ ਲੁਕਾਉਂਦੇ ਰਹੇ ਹੋ ਤੁਸੀਂ ਮੇਰੇ ਨਾਲ ਧੋਖਾ ਕਰ ਵੀ ਕਿਵੇਂ ਸਕਦੇ ਹੋ ਐਡੀ ਵੱਡੀ ਚੀਟ ਕੀ ਮਤਲਬ ਤੇਰਾ ਕਹਿਣ ਦਾ ਮਤਲਬ ਤਾਂ ਬਹੁਤ ਨੇ ਦੱਸੇਂਗੀ ਹੁਣ ਮੈਂ ਤੁਹਾਡੀਆਂ ਫੋਟੋਆਂ ਦੇਖੀਆਂ ਕੁੜੀ ਦੇ ਨਾਲ ਫੋਟੋਆਂ ਕੁੜੀ ਦੇ ਨਾਲ ਕਿਹੜੀਆਂ ਕੁੜੀਆਂ ਹੋਰ ਕਿੰਨੀਆਂ ਕਨੇ ਤੂੰ ਕਿਉਂ ਗੱਲਾਂ ਗੋਲ ਮੋਲਜੀਆਂ ਕਰੀ ਜਾਂਦੀ ਸਿੱਧੀ ਗੱਲ ਦੱਸ ਮੈਨੂੰ ਕੀ ਗੱਲ ਹੈ ਸਿੱਧੀ ਗੱਲ ਆਹ ਕਿ ਮੈਨੂੰ ਰਾਜ ਨੇ ਤੇਰੀਆਂ ਫੋਟੋਆਂ ਦਿਖਾਈਆਂ ਜਿੱਚ ਪੋਜ ਮਾਰ ਮਾਰ ਖੜੇ ਹੋ ਕੁੜੀਆਂ ਦੇ ਨਾਲ ਆ ਰਾਜ ਕੌਣ ਆ ਗਿਆ ਹੁਣ ਆ ਰਾਜ ਉਹੀ ਹੈ ਜਿਹਦੇ ਨਾਲ ਮੇਰਾ ਰਿਸ਼ਤਾ ਤੇ ਹੋਇਆ ਉਹਦੇ ਕੋਲ ਮੇਰੀ ਫੋਟੋ ਕਿਵੇਂ ਆ ਗਈ ਉਹ ਮੈਨੂੰ ਨਹੀਂ ਪਤਾ ਅੱਛਾ ਤੇਰਾ ਰਿਸ਼ਤਾ ਕੀ ਹੋ ਗਿਆ ਮੇਰੇ ਤੋਂ ਵੱਧ ਯਕੀਨ ਤੈਨੂੰ ਉਹਤੇ ਹੋ ਗਿਆ ਯਕੀਨ ਤਾਂ ਹੋਣਾ ਸੀ ਮੈਂ ਆਪਦੇ ਅੱਖੀ ਫੋਟੋਆਂ ਦੇਖੀਆਂ ਤੇ ਹਾਂ ਕਾਲ ਮੈਸੇਜ ਮਿਲਣਾ ਜੁਲਣਾ ਸਭ ਬੰਦ ਸਭ ਖਤਮ ਆਏ ਕਿ ਮੈਂ ਤੂੰ 1 ਮਿੰਟ ਸਭ ਕੁਝ ਖਤਮ ਕਰਕੇ ਚੱਲੀ ਆ ਖਤਮ ਮਤਲਬ ਖਤਮ ਤੇ ਹੁਣ ਮੇਰਾ ਵਿਆਹ ਉੱਥੇ ਹੋਊਗਾ ਜਿੱਥੇ ਮੇਰੇ ਘਰ ਦਾ ਨੇ ਰਿਸ਼ਤਾ ਕੀਤਾ ਤੂੰ ਆਪ ਦੇ ਰਾਹ ਤੇ ਮੈਂ ਆਪ ਦੇ ਰਾਹ ਅੱਜ ਤੋਂ ਬਾਅਦ ਮੇਰੇ ਰਾਹਾਂ 'ਚ ਨਾ ਆਈ ਇਹੋ ਜੀ ਕਿਹੜੀ ਚਾਲ ਚੱਲੀ ਹੁਣੇ ਕਿਹੜੀ ਕਿਰਨਾ ਦਿਨਾ ਕੀ ਰੰਗ ਬਦਲ ਗਈ ਇਹਨਾਂ ਗੱਲਾਂ ਦਾ ਪਤਾ ਕਰਨਾ ਪਊ ਜਿਹੜਾ ਉਹ ਮੈਨੂੰ ਇੱਕ ਫੋਟੋ ਪਿੱਛੇ ਧੋਖੇਬਾਜ ਕਹੇਗੀ ਹਾਂ ਓਏ ਕਿਰਨ ਨੂੰ ਕੀ ਪੱਟੀ ਪੜਾਈ ਆ ਕੀ ਜਾ ਰਿਹਾ ਉਹਦੇ ਅੰਦਰ ਪਹਿਲਾਂ ਹੱਥ ਛੱਡ ਮੈਂ ਕੀ ਕੀਤਾ ਅੱਛਾ ਹਲੇ ਤੂੰ ਕੀਤਾ ਹੀ ਨਹੀਂ ਕੁਛ ਗੱਲ ਤਾਂ ਦੱਸ ਗੱਲ ਕੀ ਆ ਇਹੋ ਜਿਹੀ ਕਿਹੜੀ ਫੋਟੋ ਦਿਖਾਤੀ ਤੈਨੂੰ ਉਹਨੂੰ ਜਿਹੜੀ ਉਹ ਮੈਨੂੰ ਛੱਡਣ ਤੱਕ ਮਜਬੂਰ ਹੋ ਗਈ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਉਹ ਸਾਹ ਛੱਡ ਦੇ ਹੁਣੇ ਤੈਨੂੰ ਆਪ ਹੀ ਛੱਡਤਾ ਨਾ ਬਾਕੀ ਗੱਲਾਂ ਛੱਡ ਯਾਰ ਤੂੰ ਐਂ ਦੱਸ ਵੀ ਕੀਤਾ ਕੀ ਆ ਉਹਨੂੰ ਹਲੇ ਤਾਂ ਮੈਂ ਕੋਈ ਕੀਤਾ ਨਹੀਂ ਰਾਹ ਹੀ ਸਾਫ਼ ਕੀਤਾ ਤੂੰ ਇਹੋ ਜਿਹਾ ਕੀਤਾ ਕੀ ਆ ਯਾਰ ਮੇਰੀ ਜ਼ਿੰਦਗੀ ਬਰਬਾਦ ਕਰਤੀ ਤੈਂ ਮੇਰਾ ਇੰਨੇ ਸਾਲਾਂ ਦਾ ਪਿਆਰ ਖੋਹ ਲਿਆ ਛੱਡੋ ਇਹਨੂੰ ਛੱਡੋ ਚੰਗਾ ਰਹੇਗਾ ਚਲਾ ਜਾ ਇੱਥੋਂ ਤੇ ਤੇਰੇ ਮੇਰੇ 'ਚ ਜੋ ਵੀ ਸੀ ਅੱਜ ਤੋਂ ਸਭ ਖਤਮ ਹੋ ਚੁੱਕਾ ਹੈ ਇਹ ਕੀ ਕਹਿ ਰਹੀ ਹੈ ਤੂੰ ਹਾਂ ਮੈਂ ਸੱਚ ਕਹਿ ਰਹੀ ਹਾਂ ਅੱਜ ਤੋਂ ਬਾਅਦ ਤੂੰ ਭੁੱਲ ਜਾ ਮੈਨੂੰ ਤੇਰੇ ਮੇਰੇ 'ਚ ਜੋ ਸੀਗਾ ਸਭ ਖਤਮ ਐਂ ਕਿਵੇਂ ਭੁੱਲ ਜਾਈਂ ਯਾਰ ਤੈਨੂੰ ਬਸ ਮੈਂ ਕਹਿਤਾ ਨਾ ਭੁੱਲ ਜਾਓ ਤਾਂ ਭੁੱਲ ਜਾਓ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਚਲਾ ਜਾਏ